ਪੈਰਿਸ ਓਲੰਪਿਕਸ ਦੇ ਵਿੱਚ ਭਾਰਤ ਦਾ ਤੇ ਪੰਜਾਬ ਦਾ ਨਾਮ ਚਮਕਾਉਣ ਵਾਲੇ ਭਾਰਤੀ ਹਾਕੀ ਟੀਮ ਦੇ ਕਪਤਾਨ ਤੇ ਸਰਪੰਚ ਹਰਮਨਪ੍ਰੀਤ ਸਿੰਘ ਹੋਣੀ ਅੱਜ ਮਾਣ ਸਨਮਾਨ ਮਿਲਿਆ ਜਿਸ ਦੇ ਤੁਸੀਂ ਹੱਕਦਾਰ ਸੀ, ਔਰ ਮਾਣ ਸਨਮਾਨ ਦਵਾਉਣ ਦੇ ਬਦਲੇ ਮਾਣ ਸਨਮਾਨ ਕਹੂੰਗਾ, ਤੁਸੀਂ ਦੇਸ਼ ਨੂੰ ਪੰਜਾਬ ਨੂੰ ਮਾਣ ਸਨਮਾਨ ਦਵਾਇਆ, ਅੱਜ ਤੁਹਾਨੂੰ ਮਿਲਿਆ। ਬਹੁਤ ਵਧੀਆ ਲੱਗ ਰਿਹਾ ਜੀ, ਕਿਸੇ ਵੱਡੇ ਟੂਰਨਾਮੈਂਟ 'ਤੇ ਜਾਣਾ ਅਤੇ ਉੱਥੋਂ ਮੈਡਲ ਲੈ ਕੇ ਆਉਣਾ ਬਹੁਤ ਮਾਣ ਵਾਲੀ ਗੱਲ ਆ, ਸਪੈਸ਼ਲੀ ਹਾਕੀ ਦੀ ਕਿ ਬੈਕ ਟੂ ਬੈਕ ਮੈਡਲ ਆ ਰਹੇ ਆ ਹਾਕੀ ਦੇ ਵਿੱਚ, ਇਹ ਵੀ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਆ। ਅਤੇ ਜਦੋਂ ਤੁਸੀਂ ਮੈਡਲ ਜਿੱਤ ਗਿਆ ਉਹਦੇ ਤੁਹਾਨੂੰ ਇੰਨਾ ਪਿਆਰ ਸਤਿਕਾਰ ਅਤੇ ਸਨਮਾਨ ਕੀਤਾ ਜਾਵੇ ਤਾਂ ਉਹ ਵੀ ਬਹੁਤ ਵੱਡੀ ਗੱਲ ਆ ਜੀ ਸਾਡੇ ਲਈ। ਅੱਛਾ, ਇਹਨਾਂ ਚੀਜ਼ਾਂ ਦੇ ਲਈ ਬੜਾ ਸੰਘਰਸ਼ ਕਰਨਾ ਪੈਂਦਾ ਜੀ, ਪਹਿਲਾਂ ਤਾਂ ਹਾਲਾਂਕਿ ਹੁਣ ਸਰਕਾਰਾਂ ਦਾਵਾ ਕਰਦੀਆਂ ਕਿ ਪਹਿਲਾਂ ਵੀ ਮਦਦ ਆ ਜਿਹੜੀ ਮਿਲਦੀ ਹੈ, ਪਰ ਇੱਕ ਟਾਈਮ ਸੀਗਾ ਕਿ ਜਦੋਂ ਇੱਥੋਂ ਤੀਕਰ ਪਹੁੰਚਣਾ ਹੀ ਇੱਕ ਵੱਡੀ ਚੁਣੌਤੀ ਜਾਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਬੇਸ਼ੱਕ ਅੱਜ ਤੁਸੀਂ ਪਹਿਲਾਂ ਅੱਛੀ ਪੋਜੀਸ਼ਨ 'ਤੇ ਬੈਠੇ ਹੋ, ਪਰ ਫਿਰ ਵੀ ਕਿੰਨੀਆਂ ਕੁ ਚੁਣੌਤੀਆਂ ਨੇ? ਦੇਖੋ ਜੀ, ਚੁਣੌਤੀਆਂ ਹਰ ਇੱਕ ਪਲੇਅਰ ਦੀ ਲਾਈਫ ਦੇ ਵਿੱਚ ਆਉਂਦੀਆਂ, ਬਹੁਤ ਸਟਰਗਲ ਕਰਕੇ ਆਉਂਦਾ ਹੈ। ਜਿਹੜੀਆਂ ਚੀਜ਼ਾਂ ਲੋਕਾਂ ਸਾਹਮਣੇ ਨਹੀਂ ਆਉਂਦੀਆਂ ਉਹ ਇਕੱਲਾ ਫੇਸ ਕਰਦਾ ਅਤੇ ਇਕੱਲਾ ਉਹਨੂੰ ਲਾ ਲੈ ਕੇ ਤੁਰਦਾ ਆ। ਬਟ ਹੁਣ ਜਿੱਦਾਂ ਬਹੁਤ ਵਧੀਆ ਉਪਰਾਲਾ, ਬਹੁਤ ਵੱਡੀ ਗੱਲ ਆ ਜੀ ਕਿ ਜਾਣ ਤੋਂ ਪਹਿਲਾਂ ਤੁਹਾਨੂੰ ਜਿਹੜਾ ਰਾਸ਼ੀ ਦਿੱਤੀ ਜਾ ਰਹੀ ਹੈ ਕਿ ਤੁਹਾਡੀ ਤਿਆਰੀ ਵਧੀਆ ਰਹੇ, ਜੋ ਤੁਹਾਡੀ ਲੋੜਵੰਦ ਚੀਜ਼ਾਂ ਹੈ ਤੁਸੀਂ ਪੂਰੀਆਂ ਲੈ ਲਓ, ਇਹ ਵੀ ਬਹੁਤ ਬਹੁਤ ਵਧੀਆ ਗੱਲ ਹੈ ਜੀ। ਅੱਛਾ, ਤੁਸੀਂ ਸਰਕਲ ਦੇ ਵਿੱਚ ਤੁਹਾਡੇ ਕੋਲ ਹੋਰ ਛੋਟੇ ਖਿਡਾਰੀ ਵੀ ਆਉਂਦੇ ਹੋਣੇ ਆ, ਹੋਰ ਵੀ ਕੀ ਵਾਕਈ ਕਦੇ ਤੁਹਾਨੂੰ ਇੱਦਾਂ ਦਾ ਚਿਹਰਾ, ਇੱਦਾਂ ਦਾ ਖਿਡਾਰੀ ਕਿਤੇ ਨਜ਼ਰ ਆਉਂਦਾ ਕਿ ਤੁਹਾਨੂੰ ਲੱਗਦਾ ਹੋਵੇ ਕਿ ਯਾਰ ਇਸ ਬੱਚੇ 'ਤੇ, ਇਸ ਨੌਜਵਾਨ 'ਤੇ ਅਗਰ ਥੋੜ੍ਹੀ ਜਿਹੀ ਮਿਹਨਤ ਹੋ ਜਾਵੇ ਜਾਂ ਇਹਦੀ ਮਦਦ ਹੋ ਜਾਵੇ ਤਾਂ ਇਹ ਕੁਛ ਨਾ ਕੁਛ ਕਰ ਸਕਦਾ, ਇੱਦਾਂ ਦਾ ਸਪਾਰਕ ਤੁਹਾਨੂੰ ਨਜ਼ਰ ਆਉਂਦਾ? ਬਹੁਤ ਜੀ, ਬਹੁਤ ਬਹੁਤ ਸਾਰੇ ਪਲੇਅਰ ਨੇ ਜੀ, ਅਸੀਂ ਸੋਸ਼ਲੀ ਨਹੀਂ ਕਰੀਦਾ ਇਹ ਚੀਜ਼ਾਂ, ਪਰ ਅਸੀਂ ਜਾਂਦੇ ਰਹੀਦਾ ਜੀ, ਪਲੇਅਰਾਂ ਨੂੰ ਮਿਲਦੇ ਰਹੀਦਾ, ਜੋ ਸਾਡੇ ਕੋਲ ਹੋ ਸਕਦਾ ਅਸੀਂ ਕਰੀਦਾ ਸਭ ਕੁਛ। ਅੱਛਾ, ਸਰਕਾਰ ਦੇ ਨਾਲ ਤਾਲਮੇਲ ਕਰਕੇ, ਕਿਉਂਕਿ ਇੱਕ ਖਿਡਾਰੀ ਦੀ ਤਾਂ ਜਾਨ ਹੀ ਖੇਡਾਂ 'ਚ ਵੱਸਦੀ ਹੈ, ਉਹਨਾਂ ਇਹਨਾਂ ਖੇਡਾਂ ਨੂੰ ਹੋਰ ਪ੍ਰਮੋਟ ਕਰਨ ਦੇ ਲਈ ਜਾਂ ਸਾਡੇ ਖਾਸ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਹੋਰ ਅੱਗੇ ਲਿਆਉਣ ਦੇ ਲਈ, ਹੱਲਾਸ਼ੇਰੀ ਦੇਣ ਦੇ ਲਈ ਜ਼ਹਿਨ 'ਚ ਚੱਲਦਾ ਕਿ ਸਰਕਾਰ ਦੇ ਨਾਲ ਗੱਲਬਾਤ ਕੀਤੀ ਜਾਵੇ? ਮੁੱਖ ਮੰਤਰੀ ਸਾਹਿਬ ਤਾਂ ਖੁਦ ਜਿੱਦਾਂ ਦਿਲਚਸਪੀ ਤੁਹਾਡਾ ਵਾਹਵਾ ਗੱਲਾਂ ਬਾਤਾਂ ਕਰ ਰਹੇ ਸੀ। ਬਿਲਕੁਲ ਬਿਲਕੁਲ ਜੀ, ਜਿੱਦਾਂ ਉਹਨਾਂ ਨੇ ਜ਼ਿਕਰ ਵੀ ਕਰਤਾ ਹੈ ਜੋ ਉਹਨਾਂ ਦੇ ਪਲੈਨਸ ਨੇ, ਅਤੇ ਕੋਸ਼ਿਸ਼ ਕਰ ਰਹੇ ਹਾਂ ਕਿ ਇੱਥੇ ਮੈਚ ਵੀ ਹੋਵੇ ਜੀ, ਇੱਕ ਵਧੀਆ ਹਾਕੀ ਦਾ ਮੈਚ ਹੋਵੇ, ਵਧੀਆ ਟੀਮਸ ਆਉਣ, ਉਹਦੇ ਨਾਲ ਹੋਰ ਪਲੇਅਰ ਜੁੜਨਗੇ ਜੀ, ਹੋਰ ਲੋਕ ਜੁੜਨਗੇ ਜਿਨ੍ਹਾਂ ਨੂੰ ਇੱਕ ਵਧੀਆ ਮੈਸੇਜ ਜਾਊਗਾ ਜਦੋਂ ਆ ਕੇ ਦੇਖਣਗੇ ਕਿ ਕੀ ਮਾਹੌਲ ਹੁੰਦਾ ਆ, ਕਿੰਨਾ ਜਜ਼ਬਾ ਰਹਿੰਦਾ ਗਰਾਊਂਡ ਦੇ ਵਿੱਚ, ਕਿੰਨੀ ਮਿਹਨਤ ਲੱਗਦੀ ਆ ਜੀ, ਅਤੇ ਫਿਰ ਆਈ ਥਿੰਕ ਇੱਕ ਬਹੁਤ ਵਧੀਆ ਮੈਸੇਜ ਜਾਂਦਾ ਜੀ। ਅੱਛਾ, ਪਿੰਡ ਦੇ ਸਰਪੰਚ 'ਤੇ ਜ਼ਿੰਮੇਵਾਰੀ ਹੁੰਦੀ ਹੈ ਕਿ ਪਿੰਡ ਨੂੰ ਸੋਹਣਾ ਬਣਾਉਣਾ, ਪਿੰਡ ਨੂੰ ਤਰੱਕੀ ਵਾਲੇ ਪਾਸੇ ਲੈ ਕੇ ਜਾਣਾ, ਤੁਹਾਨੂੰ ਦੇਸ਼ ਦਾ ਸਰਪੰਚ ਹੁਣ ਤਾਂ ਸਾਰੇ ਕਹਿਣ ਲੱਗ ਗਏ, ਦੇਸ਼ ਦਾ ਸਰਪੰਚ ਬਣਾਤਾ, ਤਾਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਵੀ ਫਿਰ ਇਸ ਸਰਪੰਚ ਦੀ ਜ਼ਿੰਮੇਵਾਰੀ ਬਣ ਜਾਂਦੀ ਆ, ਤਾਂ ਉਹ ਸਰਪੰਚੀ ਵਾਲਾ ਜਿਹੜਾ ਰੁਤਬਾ ਉਹ ਤੁਹਾਨੂੰ ਪ੍ਰਧਾਨ ਮੰਤਰੀ ਤੱਕ ਕਿਹੜੇ ਦਿੱਤਾ, ਜਦੋਂ ਸਰਪੰਚ ਕਹਿੰਦਾ ਹਰ ਕੋਈ, ਉਦੋਂ ਇੱਕ ਜ਼ਿੰਮੇਵਾਰੀ ਦਾ ਅਹਿਸਾਸ ਹੁੰਦਾ, ਕੀ ਕੁਝ ਜ਼ਹਿਨ ਦੇ ਵਿੱਚ ਚੱਲਦਾ? ਜੀ ਬਿਲਕੁਲ, ਆਈ ਥਿੰਕ ਇਹ ਨਾਂ ਤਾਂ ਮਿਲਿਆ ਕਿ ਮੈਨੂੰ ਹਾਕੀ ਤੋਂ ਨਾਮ ਮਿਲਿਆ ਜੀ, ਅਤੇ ਹਾਕੀ ਤੋਂ ਨਾਮ ਮਿਲਣਾ ਬਹੁਤ ਵੱਡੀ ਗੱਲ ਆ ਮੇਰੇ ਲਈ ਵੀ, ਅਤੇ ਬਿਲਕੁਲ ਮੇਰੀ ਵੀ ਇਹੀ ਕੋਸ਼ਿਸ਼ ਰਹਿੰਦੀ ਆ ਕਿ ਮੈਂ ਖਾਸ ਕਰ ਪਹਿਲਾਂ ਆਪਣੇ 'ਤੇ ਧਿਆਨ ਦੇਵਾਂ, ਆਪਣਾ ਬੈਸਟ ਕਰਾਂ ਜੀ, ਕਿਉਂਕਿ ਜਿਹੜੇ ਲੋਕ ਮੈਨੂੰ, ਜਿਹੜੇ ਯੰਗਸਟਰਸ ਮੈਨੂੰ ਦੇਖ ਰਹੇ ਨੇ, ਮੈਨੂੰ ਫੋਲੋ ਕਰ ਰਹੇ ਨੇ, ਤਾਂ ਮੈਂ ਉਹਨਾਂ ਨੂੰ ਇੱਕ ਵਧੀਆ ਤੋਂ ਵਧੀਆ ਮੈਸੇਜ ਦੇ ਸਕਾਂ ਕਿ ਇੱਕ ਐਗਜ਼ਾਮਪਲ ਵਧੀਆ ਸੈੱਟ ਕਰਾਂ ਉਹਨਾਂ ਦੇ ਲਈ। ਅੱਛਾ, ਆਖਿਰ ਦੇ ਵਿੱਚ ਹੁਣ ਤਾਂ ਹਰ ਕੋਈ ਹੁਣ ਜਾਣਨ ਲੱਗ ਗਿਆ ਤੁਹਾਡੇ ਬਾਰੇ, ਸਭ ਨੇ ਗੂਗਲ ਕਰ ਕਰਕੇ ਬਹੁਤ ਪੜ੍ਹ ਲਿਆ ਹੋਣਾ, ਪਰ ਫਿਰ ਵੀ ਮੈਂ ਚਾਹੁੰਦਾ ਕਿ ਤੁਹਾਡੇ, ਤੁਸੀਂ ਜਿਨ੍ਹਾਂ ਨੂੰ ਮੇਰੇ ਵਰਗੇ ਹਜੇ ਘੱਟ ਪਤਾ ਹੋਵੇ, ਇਹ ਸਰਪੰਚ ਪਹਿਲੀ ਵਾਰੀ ਕਿਵੇਂ ਸ਼ੁਰੂਆਤ ਹੋਈ, ਅਤੇ ਜਿਹੜਾ ਪ੍ਰਧਾਨ ਮੰਤਰੀ ਤੱਕ ਅਤੇ ਪੂਰੀ ਦੁਨੀਆ 'ਚ ਸਰਪੰਚ ਸਰਪੰਚ? ਜਿਹੜੇ ਕਮੈਂਟੇਟਰ ਸੀਗੇ ਸਾਡੇ ਸੁਨੀਲ ਤਨੇਜਾ ਭਾਅ ਜੀ ਅਤੇ ਜੁਗਰਾਜ ਭਾਅ ਜੀ, ਇਹ ਸਾਨੂੰ ਵੀ, ਮੈਨੂੰ ਵੀ ਵੈਸੇ ਟੂਰਨਾਮੈਂਟ ਤੋਂ ਬਾਅਦ ਹੀ ਪਤਾ ਲੱਗਾ ਜੀ, ਕਿਉਂਕਿ ਅਸੀਂ ਸੋਸ਼ਲ ਮੀਡੀਆ ਅਵਾਇਡ ਕਰ ਰਹੇ ਸੀਗੇ, ਯੂਜ਼ ਹੀ ਨਹੀਂ ਕਰ ਰਹੇ ਸੀਗੇ, ਅਤੇ ਇਹ ਇੱਧਰੋਂ ਨਾਮ ਆਇਆ ਜੀ। ਅੱਛਾ, ਤੁਹਾਨੂੰ ਬਾਅਦ 'ਚ ਪਤਾ ਲੱਗਿਆ ਕਿ ਮੈਂ ਸਰਪੰਚ ਬਣ ਗਿਆ? ਬਸ ਜੀ, ਹਾਂਜੀ, ਥੈਂਕ ਯੂ ਜੀ। ਤਾਂ ਇਹ ਸਰਪੰਚ ਨੇ ਜੀ, ਭਾਰਤੀ ਹਾਕੀ ਟੀਮ ਦੇ, ਕਹਿੰਦੇ ਨੇ ਕਿ ਹਾਕੀ ਨਹੀਂ ਸਰਪੰਚ ਬਣਾਇਆ ਔਰ ਹਾਕੀ ਦੇ ਵਿੱਚ ਮੈਡਲ ਲਿਆਂਦਾ,
ਦੇਸ਼ ਦਾ ਨਾਮ ਚਮਕਾਇਆ ਔਰ ਅੱਜ ਮਾਣ ਸਨਮਾਨ ਹੋਇਆ।